ਕੌਂਸਲਰ ਵਿਕਾਸ ਸੋਨੀ ਨੇ ਵਾਰਡ ਨੰਬਰ 68 ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਮੌਜੂਦ ਅਫਸਰਾਂ ਕੋਲੋਂ ਇਹਨਾਂ ਦਾ ਹੱਲ ਕਰਾਇਆ। ਉਹਨਾਂ ਆਖਿਆ ਕਿ ਇਲਾਕੇ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਾਏ ਜਾ ਰਹੇ ਹਨ, ਇਹਨਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਬਾਬਾ ਸਲੀਮ ਸ਼ਾਹ, ਕੌਂਸਲਰ ਤਾਹਿਰ ਸ਼ਾਹ, ਰਵੀਕਾਂਤ, ਪਰਮਜੀਤ ਚੋਪੜਾ ਸਮੇਤ ਕਈ ਲੋਕ ਮੌਜੂਦ ਸਨ। ਅਸੀਂ ਪੁਰਾਣੇ ਜਿਹੜੇ ਸਾਡੇ ਇੱਥੇ ਕੰਮ ਚੱਲ ਰਹੇ ਨੇ ਭਦਰਕਾਲੀ ਮੰਦਿਰ ਦੇ ਕੋਲ, ਬਹੁਤ ਵਧੀਆ ਇੱਥੇ ਜਿਹੜਾ ਸਮਾਰਟ ਸਿਟੀ ਦੇ ਨਾਲ ਔਰ ਸੋਨੀ ਸਾਹਿਬ ਨੇ ਆਪਣੇ ਫੰਡ 'ਚੋਂ ਵੀ ਇੱਥੇ ਪੈਸੇ ਦਿੱਤੇ ਨੇ, ਉਹਦਾ ਕੰਮ ਚੱਲ ਰਿਹਾ। ਅੱਜ ਅਸੀਂ ਉਹਦਾ ਵੀ ਨਿਰੀਕਸ਼ਣ ਕੀਤਾ ਔਰ ਮੈਨੂੰ ਉਮੀਦ ਹੈ 31 ਮਾਰਚ ਤੱਕ ਸਾਰਾ ਇਲਾਕਾ ਬਹੁਤ ਸੋਹਣਾ, ਬਹੁਤ ਵਧੀਆ ਗ੍ਰੀਨ ਬੈਲਟ ਨਾਲ ਲਾ ਕੇ ਲੋਕਾਂ ਦੇ ਸੈਰ ਕਰਨ ਵਾਸਤੇ ਵਧੀਆ ਬਾਗ ਬਣਾ ਕੇ ਦੇ ਰਿਹਾ। 31 ਮਾਰਚ ਤੱਕ ਤਕਰੀਬਨ ਕੋਈ 2.5-3 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲਦਾ ਪਿਆ ਔਰ ਜਲਦੀ ਇਹ ਕੰਪਲੀਟ ਹੋ ਜਾਵੇਗਾ, ਬਹੁਤ ਵਧੀਆ ਮੰਨ ਕੇ ਜਾਏਗਾ। ਸਾਡੇ ਇਲਾਕੇ ਦੇ ਜਿੰਨੇ ਮੋਤਬਰ ਕਾਂਗਰਸੀ ਵਰਕਰ ਨੇ ਉਹਨਾਂ ਦੀ ਅੱਜ ਉਹਨਾਂ ਨੇ ਸਾਰਿਆਂ ਦੀ ਜੀਆਂ ਦੀ ਮੁਸ਼ਕਲਾਂ ਸੁਣੀਆਂ ਵਾ। ਜਿਹੜੇ ਜਿਹੜੇ ਇਲਾਕੇ ਦੇ ਵਿੱਚ ਕੰਮ ਹੋਰ ਹੋਣ ਵਾਲੇ ਕੰਮ ਤਾਂ ਬਹੁਤ ਹੀ ਪਹਿਲਾਂ ਉਹਨਾਂ ਨੇ ਕਰਾ ਦਿੱਤੇ ਆ, ਬਾਕੀ ਵੀ ਜਿਹੜੇ ਉਹਨਾਂ ਨੇ ਰਹਿੰਦੇ ਕੰਮ ਮੇਰੀ ਵਾਰਡ ਦੇ ਵਿੱਚ ਜਿਹੜੇ ਮੇਰੇ ਵਰਕਰਾਂ ਨੇ ਸਾਰੇ ਦੱਸੇ ਉਹਨਾਂ ਨੂੰ, ਉਹਨਾਂ ਨੇ ਉਹ ਵੀ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਾਉਣ 'ਤੇ ਬਹੁਤ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵਾ।